ਜ਼ਿਲ੍ਹਾ ਰੂਪਨਗਰ ਦੇ ਆਖਰੀ ਪਿੰਡ ਡੂਮਛੇੜੀ ਵਿਖੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਮਾਣਯੋਗ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਦੇ ਮਕਸਦ ਨਾਲ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਣਯੋਗ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਹਰਸਿਮਰਨਜੀਤ ਸਿੰਘ ਨੇ ਕੀਤਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਇਸ ਲੀਗਲ ਏਡ ਕਲੀਨਿਕ ਦਾ ਮੁੱਖ ਮਕਸਦ ਪਿਛੜੇ ਅਤੇ ਗਰੀਬ ਵਰਗ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇਣਾ ਹੈ ਅਤੇ ਲੋਕਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਸਹਾਇਤਾ ਲੈਣ ਸੰਬੰਧੀ ਬਹੁਤ ਸਾਰੀ ਜਾਣਕਾਰੀ ਦਿੱਤੀ। ਮਾਣ ਦੀ ਗੱਲ ਹੈ ਕਿ ਪਿੰਡ ਡੂਮਛੇੜੀ ਜ਼ਿਲ੍ਹਾ ਰੋਪੜ ਵਿੱਚ ਅਸੀਂ ਆਪਣੀ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰ, ਜੋ ਕਿ ਲੀਗਲ ਏਡ ਕਲੀਨਿਕ ਵੀ ਕਹੀ ਜਾਂਦੀ ਹੈ, ਦਾ ਉਦਘਾਟਨ ਕੀਤਾ ਹੈ। ਸਾਨੂੰ ਫਖਰ ਨਾਲ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਇਹ ਜਿਹੜੀ ਲੀਗਲ ਏਡ ਕਲੀਨਿਕ ਹੈ, ਇਹ ਫਤਿਹਗੜ੍ਹ ਸਾਹਿਬ ਨਾਲ ਪਿੰਡ ਸਾਡਾ ਜਾ ਕੇ ਲੱਗ ਜਾਂਦਾ, ਅਖੀਰਲਾ ਪਿੰਡ ਹੈ। ਇਸ ਪਾਸੇ ਕੋਈ ਲੀਗਲ ਏਡ ਕਲੀਨਿਕ ਨਹੀਂ ਸੀ, ਸੋ ਅਸੀਂ ਲੋੜ ਸਮਝੀ ਕਿ ਇਹ ਲੀਗਲ ਏਡ ਕਲੀਨਿਕ ਇੱਥੇ ਖੋਲ੍ਹੀ ਜਾਏ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ, ਉਹਨਾਂ ਨੂੰ ਵੱਧ ਤੋਂ ਵੱਧ ਲੀਗਲ ਅਵੇਅਰਨੈਸ ਅਤੇ ਲੀਗਲ ਲਿਟਰਸੀ ਉਰੇ ਦਿੱਤੀ ਜਾ ਸਕੇ। ਮੁੱਖ ਉਦਯੋਗ ਜਿਹੜਾ ਸਾਡੀ ਪੰਜਾਬ ਸਟੇਟ ਲੀਗਲ ਸਰਵਿਸਿਸ ਅਥਾਰਟੀ ਦਾ ਅਤੇ ਨੈਸ਼ਨਲ ਲੀਗਲ ਸਰਵਿਸਿਸ ਅਥਾਰਟੀ ਦਾ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਕਰਾਇਆ ਜਾ ਸਕੇ। ਜਿਹੜੇ ਪਿਛੜੇ ਅਤੇ ਗਰੀਬ ਵਰਗ ਦੇ ਲੋਕ ਹਨ, ਉਹ ਕਿਤੇ ਵਾਂਝੇ ਨਾ ਇਨਸਾਫ ਤੋਂ ਰਹਿ ਜਾਣ। ਇਸ ਕਰਕੇ ਜਿਹੜੀ ਜਸਟਿਸ ਐਟ ਡੋਰ ਸਟੈਪਸ ਹੈ, ਉਸ ਕੰਸੈਪਟ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਪਿਛੜੇ ਇਲਾਕੇ ਵਿੱਚ ਆਪਣਾ, ਜੋ ਕਿ ਦੂਰ ਦੁਰਾਡੇ ਪੈਂਦਾ ਹੈ ਰੋਪੜ ਤੋਂ, ਇੱਥੇ ਲੀਗਲ ਏਡ ਕਲੀਨਿਕ ਖੋਲ੍ਹੀ ਹੈ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਇਹਨਾਂ ਨੂੰ ਜੇ ਜੋ ਵੀ ਕੋਈ ਇਹਨਾਂ ਦੀਆਂ ਲੀਗਲ ਪ੍ਰੋਬਲਮਸ ਨੇ ਸੋਲਵ ਕੀਤੀਆਂ ਜਾ ਸਕਣ। ਹਫ਼ਤੇ 'ਚ ਦੋ ਦਿਨ ਸਾਡੇ ਪੈਰਾ ਲੀਗਲ ਵਾਲੰਟੀਅਰ ਉਰੇ ਬੈਠਿਆ ਕਰਨਗੇ ਅਤੇ ਇੱਕ ਦਿਨ ਕਿਸੇ ਵਕੀਲ ਸਾਹਿਬਾਨ ਦੀ, ਜੋ ਕਿ ਸਾਡੇ ਪੈਨਲ ਵਿੱਚੋਂ ਹਨ, ਉਹਨਾਂ ਦੀ ਡਿਊਟੀ ਲਾਈ ਜਾਏਗੀ। ਉਹ ਉਰੇ ਆ ਕੇ ਬੈਠਿਆ ਕਰਨਗੇ ਅਤੇ ਲੋਕਾਂ ਦੀ ਪ੍ਰੋਬਲਮ ਦਾ ਹੱਲ ਕਰਿਆ ਕਰਨਗੇ। ਮਰੀਟਾ ਤੋਂ ਮਨਜੀਤ ਧੀਮਾਨ ਦੀ ਰਿਪੋਰਟ।